ਜਲੰਧਰ ਦੇ ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਂਕੀ ਤਕੂਹਾ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ 'ਤੇ ਬੀਤੀ ਦੇਰ ਰਾਤ ਮੋਟਰਸਾਈਕਲ ਸਵਾਰ ਮੈਡੀਕਲ ਦੇ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਵਨੀਤ ਕੁਮਾਰ ਵਾਸੀ ਪਟਿਆਲਾ, ਤੇਜਪਾਲ ਸਿੰਘ ਵਾਸੀ ਬਠਿੰਡਾ ਅਤੇ ਹਰਕੁਲਦੀਪ ਸਿੰਘ ਵਾਸੀ ਬਟਾਲਾ ਵਜੋਂ ਹੋਈ ਹੈ, ਜੋ ਕਿ ਜਲੰਧਰ ਦੇ ਗੜ੍ਹਾ ਰੋਡ 'ਤੇ ਸਥਿਤ ਪਿੰਮਸ ਵਿਖੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ ਅਤੇ ਬੀਤੀ ਦੇਰ ਰਾਤ ਉਹ ਤਿੰਨੇ ਹੀ ਬੁਲਟ ਮੋਟਰਸਾਈਕਲ 'ਤੇ ਜਲੰਧਰ ਤੋਂ ਫਗਵਾੜੇ ਵੱਲ ਨੂੰ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਉਹਨਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਇਸ ਸੰਬੰਧੀ ACP ਸੈਂਟਰਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਨੂੰ ਲੈ ਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ। ਇੱਕ ਰਾਤੀ ਜੀ ਸਾਡੇ 11 ਵਜੇ ਇੰਟੀਮੇਸ਼ਨ ਆਈ ਸੀਗੀ ਸਾਨੂੰ ਕਿ ਆਪਣੇ ਜਦੋਂ ਆਪਣਾ ਪੰਨੀ ਪਰਾਗਪੁਰ ਚੌਂਕੀ ਦੇ ਨੇੜੇ ਜੀ ਜਿਹੜਾ ਹੈਗਾ ਇੱਕ ਮੋਟਰਸਾਈਕਲ 'ਤੇ 3 ਬੱਚੇ ਸਵਾਰ ਸੀਗੇ ਵੀ ਉਹਨਾਂ ਦੇ ਉੱਥੇ ਉਹ ਡਿੱਗੇ ਪਏ ਨੇ ਅਤੇ ਕਾਫੀ ਗੰਭੀਰ ਹਾਲਤ ਸੀਗੇ ਜੀ। ਜਿਸ ਤੋਂ ਬਾਅਦ ਜਿਹੜੀ ਸਾਡੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਸੀਗੀ ਅਤੇ ਉੱਥੇ ਜੋ ਆਪਾਂ ਨੂੰ ਪਤਾ ਲੱਗਿਆ ਵੀ ਉਹ ਪਿੰਮਸ ਜਿਹੜਾ ਆਪਣਾ ਇੰਸਟੀਟਿਊਸ਼ਨ ਹੈਗਾ ਜੀ ਜਲੰਧਰ ਦੇ ਉੱਥੇ ਦੇ MBBS ਦੇ ਸਟੂਡੈਂਟ ਸੀਗੇ ਅਤੇ ਉਹਨਾਂ ਦਾ ਕੱਲ੍ਹ ਹੀ MBBS ਸੈਕਿੰਡ ਈਅਰ ਦਾ ਰਿਜ਼ਲਟ ਆਇਆ ਸੀਗਾ, ਜਿਸ ਤੋਂ ਬਾਅਦ ਉਹ ਉਹਨੂੰ ਕਹਿ ਸਕਦੇ ਹਾਂ ਸੈਲੀਬ੍ਰੇਟ ਕਰਨ ਲਈ ਫਗਵਾੜਾ ਸਾਈਡ ਨੂੰ ਜਾ ਰਹੇ ਸੀਗੇ ਅਤੇ ਉਹਨਾਂ ਦਾ ਫਿਰ ਰਸਤੇ 'ਚ ਜਿਹੜਾ ਹੈਗਾ ਇੰਸੀਡੈਂਟ ਵਾਪਰ ਗਿਆ ਜੀ। ਪਤਾ ਲੱਗਾ ਕਿੱਦਾਂ ਹੋਇਆ? ਕੁਛ ਐਸ ਸੱਚ ਨਹੀਂ ਕਲੀਅਰ ਹੋ ਸਕਿਆ ਕਿਉਂਕਿ ਜਿਹੜਾ ਮੋਟਰਸਾਈਕਲ ਤੋਂ ਬਚ ਗਿਆ ਐਸ ਸੱਚ ਹਿੱਟ ਐਂਡ ਰਨ ਵਾਲਾ ਤਾਂ ਨਹੀਂ ਸਾਨੂੰ ਲੱਗਿਆ। ਹੋ ਸਕਦਾ ਕਿ ਬੱਚੇ ਸ਼ਾਇਦ ਤੇਜ਼ ਰਫ਼ਤਾਰੀ 'ਚ ਸੀਗੇ ਅਤੇ ਉਹਨਾਂ ਤੋਂ ਨਹੀਂ ਜਦ ਕੰਟਰੋਲ ਹੋਇਆ ਜਿਸ 'ਤੇ ਕਰਕੇ ਐਕਸੀਡੈਂਟ ਹੋਇਆ ਜੀ। ਅਤੇ ਜਿਹੜੇ 3 ਬੱਚੇ ਦੱਸਿਆ ਨੇ ਉਹਨਾਂ ਦੇ ਕੀ ਨਾਮ ਅਤੇ ਕਿੱਥੇ ਦੇ ਰਹਿਣ ਵਾਲੇ? ਇਹ ਜੀ ਇੱਕ ਆਪਣਾ ਲੜਕਾ ਹੈ ਜੀ ਹਰਕੁਲਦੀਪ ਸਿੰਘ ਹੈ ਜੀ, ਇਹ ਬਟਾਲੇ ਦਾ ਹੈ ਜੀ। ਇੱਕ ਤੇਜਪਾਲ ਸਿੰਘ ਹੈ ਬਠਿੰਡੇ ਦਾ ਹੈਗਾ ਜੀ ਅਤੇ ਇੱਕ ਵਨੀਤ ਕੁਮਾਰ ਹੈ ਪਟਿਆਲੇ ਦਾ ਹੈ। ਇਹਨਾਂ ਦੇ ਵਾਰਿਸ ਸਾਰੇ ਨੇ ਜੀ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ, ਅਮਲ ਵਿੱਚ ਲਿਆਂਦੀ ਜਾ ਰਹੀ ਆ, ਜੋ ਕਿ ਪੋਸਟਮਾਰਟਮ ਤੋਂ ਬਾਅਦ ਜਿਹੜੀ ਬੋਡੀ ਇਹਨਾਂ ਦੇ ਵਾਰਸਾਂ ਨੂੰ ਹਵਾਲੇ ਕਰ ਦਾਂਗੇ। ਰਾਤੀ 11:30 ਵਜੇ ਮੈਂ ਆਪਣੇ ਮੇਰੀ ਚੈਕਿੰਗ ਲੱਗੀ ਸੀਗੀ ਜੋਨ 1 ਦੀ, ਚੈੱਕਾਂ ਜਾ ਰਹੇ ਤਾਂ ਮੈਨੂੰ ਮੈਸੇਜ ਆਇਆ ਕਿ ਰਾਣਾ ਪੈਟਰੋਲ ਪੰਪ ਦੇ ਸਾਹਮਣੇ 3 ਲੜਕੇ ਜਿਹੜੇ ਬਾਈਕ ਤੋਂ ਡਿੱਗੇ ਆ ਅਤੇ ਜਿਹਦੇ ਵਿੱਚ 2 ਬੰਦੇ ਜਿਹੜੇ ਡੈੱਡ ਹੋ ਗਏ ਆ ਅਤੇ 1 ਜਿਹੜਾ ਜ਼ਖਮੀ ਹੈ। ਉਹ ਰਿਸਪੋਂਡ ਉੱਤੇ ਮੌਕੇ 'ਤੇ ਪਹੁੰਚੇ ਸੀ, ਉੱਥੇ ਜਾ ਕੇ ਉਹਨਾਂ ਦੀ ਡੈੱਡ ਬੋਡੀ ਨੂੰ ਚੁਕਵਾਇਆ। ਉਹਦੇ ਵਿੱਚੋਂ 1 ਦੀ ਹਾਲਤ ਜਿਹੜੀ ਜ਼ਿਆਦਾ ਸੀਰੀਅਸ ਸੀਗੀ। ਇਹ 3 ਨੌਜਵਾਨ ਜਿਹੜੇ ਹੈਗੇ ਆ MBBS ਦਾ ਕੋਰਸ ਕਰਦੇ ਸੀ ਔਰ ਇਹਨਾਂ ਦਾ ਕੱਲ੍ਹ ਰਿਜ਼ਲਟ ਆਇਆ ਸੀ ਇਹਦੀ ਖੁਸ਼ੀ ਮਨਾਉਣ ਵਾਸਤੇ। ਪਤਾ ਨਹੀਂ ਇਹ ਮੇਰੇ ਖਿਆਲ 'ਚ ਜਾਂ ਤਾਂ ਉਹ ਹਵੇਲੀ ਚੱਲੇ ਸੀਗੇ ਜਾਂ ਕਿਤੇ ਹੋਰ ਇਹਨਾਂ ਨੇ ਖਾਣਾ ਖੁਣਾ ਖਾਣ ਜਾਣਾ ਸੀਗਾ। ਉੱਥੇ ਕਿਤੇ ਮੋਟਰਸਾਈਕਲ ਡਿਸਬੈਲੈਂਸ ਹੋ ਗਿਆ ਅਤੇ ਉਹਦੇ ਨਾਲ ਇਹਨਾਂ ਦੀ ਦੋ ਮੁੰਡਿਆਂ ਦੀ ਡੈੱਥ ਹੋ ਗਈ, ਜਿਹਦੇ ਵਿੱਚੋਂ ਇੱਕ ਤਾਂ ਹੈਗਾ ਵਨੀਤ ਕੁਮਾਰ, ਇਹ ਹੈਗਾ ਪਟਿਆਲੇ ਦਾ, ਇਹ ਮੌਕੇ 'ਤੇ ਡੈੱਥ ਹੋ ਗਈ ਆ। ਇੱਕ ਹਰਕੁਲਦੀਪ ਸਿੰਘ ਹੈ, ਇਹਦੀ ਡੈੱਥ ਹੋ ਗਈ ਆ। ਇਹ ਕਿਸੇ ਦੀ ਹਰਕੁਲ? ਇਹ ਬਟਾਲੇ ਦਾ। ਜਿਹੜਾ ਤੇਜਪਾਲ ਸਿੰਘ ਹੈ ਇਹ ਹੈਗਾ ਆਪਣੇ ਬਠਿੰਡੇ ਦਾ, ਇਹ ਸੀਰੀਅਸ ਹੈ। ਠੀਕ ਅਤੇ ਸਰ ਇਹਨਾਂ ਨੇ ਕੋਈ ਡਰਿੰਕ ਵਗੈਰਾ ਕੀਤੀ ਸੀ? ਨਹੀਂ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆ ਹੀ ਜਾਣਾ ਜੇ ਕੋਈ ਹੋਊਗਾ, ਜੇ ਉਹਨਾਂ ਡਰਿੰਕ ਵਗੈਰਾ ਕੀਤੀ ਹੋਊਗੀ।